ਸਟੇਟ ਬੈਂਕ ਆਫ ਇੰਡੀਆ ਵੱਲੋਂ ਲਾਕਡਾਊਨ ਦੇ ਇਸ ਦੌਰ ਵਿੱਚ ਅੱਜ ਜਲੰਧਰ ਵਿੱਚ ਏਟੀਐਮ ਮੋਬਾਈਲ ਵੈਨ ਦੀ ਸ਼ੁਰੂਆਤ ਕੀਤੀ ਗਈ ਇਸ ਮੋਬਾਈਲ ਏਟੀਐਮ ਵੈਨ ਰਾਹੀਂ ਗਾਹਕ ਵਕਵਕ ਥਾਵਾਂ ਤੇ ਪੈਸੇ ਕਢਵਾ ਸਕਣਗੇ ਐਸਬੀਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਬਾਈਲ ਏਟੀਐਮ ਵੈਨ ਸੇਵਾ ਰਾਹੀਂ ਨਕਦੀ ਦਾ ਭੁਗਤਾਨ ਕਰਕੇ ਐਸਬੀਆਈ ਕੋਵਿਡ-19 ਮਹਾਮਾਰੀ ਵਿਰੁੱਧ ਚੱਲ ਰਹੇ ਵਿਸ਼ਵ ਵਿਆਪੀ ਅਭਿਆਨ ਵਿੱਚ ਸਿੱਧੇ ਤੌਰ ਤੇ ਮਦਦ ਕਰੇਗਾ ਇਸ ਪਹਿਲੀ ਮੋਬਾਈਲ ਏਟੀਐਮ ਵੈਨ ਦੀ ਸ਼ੁਰੂਆਤ ਜਦੰਦਰ ਦੇ ਕੈਂਟ ਖੇਤਰ ਵਿੱਚ ਕੀਤੀ ਗਈ इस मौके पर ब्रिगेडियर एच एस सोही ने इस मोबाइल ए टी एम वैन का भारतीय स्टेट बैंक के सीयर अधिकारियों मिलकर उद्घाटन किया उद्घाटन मौके एस बी आई के उप महा प्रबंधक प्रणय रंजन द्विवेदी कौशल किशोर सिंह खेतरी प्रबंधक प्रदीप कुमार ते पवन कुमार बासियाद मौजूद सन